ਅਸਲਾਮ ਅਲੈਕਮ। ਹਾਂ ਜੀ, ਕੀ ਹਾਲ ਚਾਲ ਹੈ? ਠੀਕ ਹੋ? ਲਓ ਜੀ, ਅੱਜ ਮਾਸ਼ਾਅੱਲਾ ਜੁਮਾਤੁਲ ਮੁਬਾਰਕ ਹੈ ਜੀ। ਅੱਜ ਜਵਾਨ ਤਾਂ ਪਿੱਛੇ ਛੁੱਟੀ 'ਤੇ ਨੇ, ਅਤੇ ਸਾਡੀ ਵੀ ਤਿਆਰੀ ਹੋ ਗਈ ਹੈ, ਬਿਸਤਰੇ ਬੰਨ ਲੈਣੇ ਅਸੀਂ ਵੀ। ਠੀਕ ਹੈ ਜੀ, ਮੈਂ ਕਿਹਾ ਜ਼ਰਾ ਵਿਲਾਗ ਲੇਟ ਸ਼ੁਰੂ ਕਰਨੇ ਆ, ਤਾਂ ਕਿ ਫਿਰ ਸਾਰਾ ਵਿਲਾਗ ਤੁਹਾਡੇ ਨਾਲ ਸ਼ੇਅਰ ਕਰਾਂਗੇ। ਟਰੈਵਲਿੰਗ ਵਿਲਾਗ, ਜਾ ਰਹੇ ਹਾਂ ਵਾਪਸ ਸਪੇਨ। ਸੁਬਹਾ ਮੇਰੀ ਜਨਾਬ ਕੋਈ 9:45 ਦੀ ਫਲਾਈਟ ਹੈ ਲਾਹੌਰ ਤੋਂ। ਠੀਕ ਹੈ ਜੀ, ਅਤੇ ਇਨਸ਼ਾਅੱਲਾ ਨਾਲ ਤੁਹਾਡੇ ਵਿਲਾਗ ਵੀ ਸ਼ੇਅਰ ਕਰਾਂਗੇ। ਅਤੇ ਮੇਰਾ ਦਿਲ ਆਇਆ ਸੀ ਉੱਥੇ, ਥਰਡ ਜਿਹੜਾ ਲੈਂਟਰ ਹੈ ਉਹ ਪੈ ਜਾਂਦਾ ਮੇਰੇ ਹੁੰਦਿਆਂ, ਲੇਕਿਨ ਉਹਦੀ ਤਿਆਰੀ ਸ਼ਿਆਰੀ ਕੋਈ ਨਹੀਂ ਹੋਈ। ਹੁਣ ਫਿਰ ਪਿੱਛੋਂ ਹੀ ਜਣਿਆ ਕਰਨੀ ਹੈ, ਅਤੇ ਇਨਸ਼ਾਅੱਲਾ ਕਾਰਕੁਰ ਲੈਣ ਦੇ। ਠੀਕ ਹੈ ਜੀ, ਅਤੇ ਅਸਾਂ ਜਨਾਬ ਬਿਸਤਰਾਪੁਰੀਆ ਬੰਨ ਲਿਆ ਅੱਲਾ ਨੂੰ ਯਾਦ ਕਰਕੇ। ਵਾਲ ਛਾਲ ਵੀ ਮਨਾਮ ਨੂੰ ਲਏ ਨੇ ਇੱਕ ਵਾਰੀ। ਮੈਂ ਕਿਹਾ ਇੱਥੇ ਦੀ ਉਹ ਕੀ ਆਉਂਦੇ ਨੇ, ਮਿੱਟੀ ਇੱਥੇ ਹੀ ਲਾ ਜਾਈਏ। ਅਤੇ ਇਹ ਕੰਮ ਬਥੇਰਾ ਰਹਿੰਦਾ ਸੀ, ਇਹ ਸਿਰਫ ਤੇਗਾ ਹੀ ਲੱਗਾ, ਫਿਰ ਉਹ ਕੁਝ ਗੋਲੇ ਛੋਲੇ ਲੱਗਣੇ ਨੇ, ਡਾਟਾਂ ਸ਼ਾਟਾਂ ਬਣੀਆਂ ਹਨ ਵਿੱਚ, ਫਿਰ ਉਹਨਾਂ ਦੀ ਵਜ੍ਹਾ ਨਾਲ ਕੰਮ ਜਿਹੜਾ ਨਾ ਉਹ ਨਹੀਂ ਮੁਕੰਮਲ ਹੋ ਸਕਿਆ ਸ਼ਟਰਿੰਗ ਤੱਕ। ਲਓ ਜੀ ਜਨਾਬ, ਮੈਂ ਕਿਹਾ ਜ਼ਰਾ ਡੇਰੇ ਵਾਲ ਚੱਕਰ ਸ਼ੱਕਰ ਲਾਈਏ, ਅਤੇ ਇਹ ਜਨਾਬ ਪਹੁੰਚ ਆਈ ਹੈ ਮਸ਼ੀਨਰੀ ਵੀ ਰੋਡ ਦੇ ਉੱਤੇ, ਸੈਕਿੰਡ ਲੇਅਰ ਪੈਣ ਲੱਗੀ ਹੈ ਜੀ। ਇਹ ਰਾਤੇ ਦੀ ਮਸ਼ੀਨਰੀ ਆ ਗਈ ਇਕੱਲੇ ਦੀ, ਸਕੂਲ ਦੇ ਕੋਲ ਜਨਾਬ ਮੇਰੀ ਪਾਰਕ ਹੋਈ ਹੈ ਮਸ਼ੀਨਰੀ। ਇਹ ਪਤਾ ਜੇ ਇੱਕ ਲੇਅਰ ਹੀ ਰਹਿੰਦੀ ਹੈ ਰੋਡ ਦੀ ਉੱਤੇ, ਉਹ ਜਨਾਬ ਹੁਣ ਪਾਣੀ ਦੀਆਂ ਤਿਆਰੀਆਂ ਵਿੱਚ ਹੀ ਨੇ ਤਕਰੀਬਨ, ਤਾਂ ਹੀ ਮਸ਼ੀਨਰੀ ਲਿਆਉਂਦੀ ਨੇ। ਅਤੇ ਨਹਿਰ ਬੜਾ ਛੁੱਟਿਆ ਜੀ, ਬੜੀ ਤੇਜ਼ ਹਨੇਰੀ ਆ ਅੱਜ, ਮੌਸਮ ਖਰਾਬ ਦੱਸਿਆ ਨੇ 2-3 ਦਿਨ ਲਗਾਤਾਰ, ਅਤੇ ਹਨੇਰੀ ਬੜੀ ਝੁੱਲੀ ਹੈ। ਦੱਸਿਆ ਅੱਜ ਕੋਸੀ ਗਿਆ, ਬਣਿਆ ਰਿਹਾ ਦਿਹਾੜੀ ਉਂਝ, ਅਤੇ ਹੁਣ ਵੀ ਉੱਤੇ ਵੇਖਿਆ ਜੇ ਰੈਲਾਂ ਸ਼ੈਲਾਂ ਬਣੀਆਂ ਨੇ, ਲੇਕਿਨ ਉਂਝ ਬਾਰਿਸ਼ ਵੱਲੋਂ ਕੰਮ ਅੱਜ ਟਾਲੀ ਗਿਆ। ਮੈਂ ਕਿਹਾ ਜ਼ਰਾ ਡੇਰੇ ਵਾਲ ਫੇਰਾ ਸ਼ੇਰਾ ਲਾਈਏ ਅੱਜ। ਠੀਕ ਹੈ ਜੀ, ਇਸ ਵਾਸਤੇ ਕੁਝ ਹੱਟ ਜ਼ਰਾ ਫਰੈਸ਼ ਏਅਰ ਵਿੱਚ ਬੰਦਾ ਫਿਰ ਤੁਰ ਲਏ, ਅਤੇ ਸੁਬਹਾ ਜਨਾਬ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਫਲਾਈਟ ਹੈ, ਅੱਲਾ ਹਾਇਰ ਕਰੇ ਤੇ। ਜਿਹੜਾ ਪੁੱਟਾ ਨਾ ਇਹ ਡਿੱਗਣੋਂ ਬਚ ਗਿਆ, ਕਿਉਂਕਿ ਇਹ ਪੁੱਟਿਆ ਸੀ ਇਹ ਤਕਰੀਬਨ ਹੁਣ ਕੋਈ ਤਕਰੀਬਨ ਬਣ ਜਾਂਦਾ। ਇਹ ਜਨਾਬ ਨੀਵੀਂ ਸੀ ਕੁਝ, ਅਤੇ ਕੁਝ ਪੁੱਟੀ ਸੀ ਨਾ, ਇੰਨੀ ਜ਼ੋਰ ਨਹੀਂ ਸੀ ਉਹਦੇ, ਪਰ ਕਣਕ ਠੀਕ ਹੀ ਹੈ। ਉੱਧਰ ਜਨਾਬ ਹੁਣ ਲੋਕ ਵਾਢੀਆਂ ਜਨਾਬ ਕਰ ਰਹੇ ਨੇ, ਵੇਖੋ ਹੱਥਾਂ ਨਾਲ ਵੀ ਵੱਢ ਕੇ ਜਨਾਬ ਤੋਂ ਬੰਨਣ ਲੱਗੀ ਹੈ ਖੁਦਾਈ ਹੈ। ਵੇਖਿਆ ਜੇ ਹੁਣ ਕਣਕਾਂ ਤਾਂ ਤਿਆਰ ਨੇ ਤਕਰੀਬਨ, ਉਹ ਵੀ ਹੱਥਾਂ ਨਾਲ ਲੱਗੇ ਨੇ ਵੱਢ ਕੇ, ਉਹ ਵੀ ਬੰਨਣ ਲੱਗੇ ਨੇ। ਅੱਜ ਜੁਮਾਤੁਲ ਮੁਬਾਰਕ ਹੈ ਜੀ, ਅਤੇ ਤਕਰੀਬਨ ਮੰਗਲ ਤੱਕ ਜਿਹੜਾ ਨਾ ਮੌਸਮ ਹੈ ਨਾ ਲਗਾਤਾਰ ਖਰਾਬ ਦੱਸਿਆ ਨੇ, ਮੰਗਲ ਤੱਕ ਸਪੈਸ਼ਲੀ ਇਤਵਾਰ ਸੋਮਵਾਰ ਅਤੇ ਮੰਗਲ 'ਤੇ ਬਾਰਿਸ਼ ਹੋ ਰਹੀ ਹੈ, ਬਾਰਿਸ਼ ਤਸਵੀਰ। ਅਤੇ ਕਣਕਾਂ ਦੇ ਹੁਣ ਹਾਲਾਤ ਜਿਹੜੇ ਨੇ ਉਹ ਬੜੇ ਨਾਜ਼ੁਕ ਹੀ ਨੇ, ਅੱਲਾ ਪਾਕ ਹੀ ਆਇਆ ਹੁਣ ਇਸ ਚੀਜ਼ ਤੋਂ ਬਚਾਉਣ। ਠੀਕ ਹੈ ਜੀ, ਅਤੇ ਪੈਲੀ ਪੱਠਾ ਜਿਹੜਾ ਉਹ ਸਾਂਭ ਕਤੇ। ਪਟਵਾਰੀ ਸਾਹਿਬ ਨੂੰ ਨਾ ਸਪੈਸ਼ਲੀ ਫੋਕਸ ਕਰਨਾ।
ਮੈਂ ਕਿਹਾ ਜਨਾਬ ਇਹ ਕਿੱਧਰੋਂ ਆ ਰਹੇ ਹੋ? ਮੈਂ ਕਿਹਾ ਜੀ, ਮੈਂ ਕਿਹਾ ਬਣਾਓ ਕੋਈ ਸਾਡੀ, ਅਸੀਂ ਫਿਰ ਇੰਨਾ ਫੰਡਾਇਆ ਇੱਕ ਦੂਜੇ ਨੂੰ, ਇਹ ਵੀ ਸ਼ਰਮਿੰਦਾ ਹੋਇਆ, ਮੈਂ ਵੀ ਸ਼ਰਮਿੰਦਾ ਹੀ ਹੋਇਆ, ਚੋਖਾ ਹੀ ਫੰਡਾ ਛੱਡਿਆ ਕਿੱਥੇ ਅਸੀਂ ਲੈ ਕੇ ਲੰਬੀ ਫਿਰ ਸਾਰੀਆਂ ਰਾਹ ਸਾਨੂੰ ਰਾਹ ਹੀ ਨਾ ਲੱਭੇ ਨਿਕਲਣਾ ਕਿੱਧਰੋਂ, ਇੰਨਾ ਫੰਡਾ ਫੰਡਾ ਕੇ ਕਿਧਰੇ ਦਾ ਕਿਧਰੇ, ਮੈਂ ਕਿਹਾ ਹੋਇਆ ਤਾਂ ਮੈਂ ਸ਼ਰਮਿੰਦਾ ਹੀ ਲਾਓ ਪੂਰੇ ਦੇ ਪੂਰੇ ਇਹ ਰਾਤੀ ਵੀ ਸੋਲਰ ਹੀ ਚੱਲਦਾ ਜੇ ਪਿਆ ਤੇ ਬੈਟਰੀਆਂ? ਅੱਛਾ ਜੀ, ਬੜਾ ਨਿਜ਼ਾਮ ਨਹੀਂ ਫਿਰ ਤੇ? ਮਿਹਰਬਾਨੀ, ਚਲੋ ਮਾੜਾ ਮਾੜਾ ਪਾਣੀ ਆਇਆ ਤੇ ਬਾਰਿਸ਼ਾਂ ਬੁਰਸ਼ਾਂ ਆ ਗਈਆਂ। ਲਓ ਜੀ ਜਨਾਬ, ਅਸੀਂ ਪਹੁੰਚ ਆਏ ਹਾਂ ਜੀ ਏਅਰਪੋਰਟ ਚੌਕ ਸਿਆਲਕੋਟ ਵਾਲੇ ਤੇ। ਠੀਕ ਹੋ ਗਿਆ ਜੀ, ਜਨਾਬ ਆ ਗਿਆ ਜੀ ਸਮਰਿਆਲ ਚੌਕ। ਠੀਕ ਹੈ ਜੀ, ਹੈ ਜਨਾਬ ਅਸੀਂ ਸਿਆਲਕੋਟ ਵੱਲ ਪੈ ਗਏ ਹਾਂ। ਇੱਥੋਂ ਮੋਟਰਵੇ ਤੋਂ ਸਿੱਧਾ ਜਾ ਕੇ ਚੜਿਆ ਜਾਏਗਾ ਤਾਂ ਫਿਰ ਜਨਾਬ ਲਾਹੌਰ ਨੇ। ਲਓ ਜੀ, ਇਹ ਮੋਟਰਵੇ ਨੂੰ ਚੜ ਗਏ ਹਾਂ ਜੀ ਅਸੀਂ ਸਿਆਲਕੋਟ ਵੱਲੋਂ। ਠੀਕ ਹੈ ਜੀ, ਇਹ ਵੀ ਜੀ ਸਿਆਲਕੋਟ ਵਾਲਾ ਟੋਲ ਪਲਾਜ਼ਾ ਆ ਗਿਆ ਤੇ ਹੁਣ ਇੱਥੋਂ ਪਰਚੀ ਸ਼ਰਚੀ ਵੀ ਕੋਈ ਨਹੀਂ ਲਈਦੀ, ਜੇ ਨਿਕਲ ਜਾਈਦਾ ਅੱਗੇ ਜਾ ਕੇ ਪੈਸੇ ਦੇਈਦੇ ਨੇ। ਜਿਹੜੀਆਂ ਗੱਡੀਆਂ ਉੱਧਰੋਂ ਆ ਰਹੀਆਂ ਉਹਨਾਂ ਵਾਸਤੇ ਬੰਦਾ ਬੈਠਿਆ ਹੁੰਦਾ, ਇੱਧਰੋਂ ਜਾਣੇ ਵਾਲਿਆਂ ਵਾਸਤੇ ਕੋਈ ਨਹੀਂ ਬੈਠਿਆ ਹੁੰਦਾ। ਠੀਕ ਹੈ ਜੀ, ਜਨਾਬ ਮੋਟਰਵੇ ਪੁਲਿਸ ਵੀ ਖਲੋਤੀ ਜੀ।
ਇੱਕ ਖਾਧਾ ਵੀ ਨਹੀਂ ਅਜੇ ਤੱਕ ਵੱਢੀ ਗਏ ਆ ਇੱਧਰ ਵੀ ਕਣਕ ਦਾ ਦੋਵਾਂ ਸਾਈਡਾਂ ਦਾ ਕਿਲੋ ਵੱਢੀ ਨਹੀਂ ਗਈ ਜੀ ਲਾਹੌਰਾਂ ਦਾ ਟੂਲ ਲਗਾ ਗਿਆ ਜੇ ਮੋਟਰਵੇ ਦਾ ਜਨਾਬ ਲਓ ਹਾਂਜੀ ਮਾਸ਼ਾਅੱਲਾ ਐਤਕੀ ਭਾਈ ਜਹਾਜ਼ ਵੀ ਮੇਰੇ ਨਾਲ ਨੇ ਜਨਾਬ ਠੀਕ ਹੈ ਜੀ ਐਤਕੀ ਤੁਹਾਨੂੰ ਵੀ ਜ਼ਰਾ ਆਸਾਂ ਕਿਆ ਚਾੜੀਏ ਗਰੁੱਪ ਵੇਖ ਸਕਦੇ ਹੋ ਜੀ ਸਾਰਾ ਲੱਭ ਜਾਂਦੀ ਹੈ ਕਰੋ ਜੀ ਲਿਫਟ ਲਓ ਜੀ ਰਸ਼ ਮਸ਼ਾ ਹੈ ਹੀ ਹੈ ਤਕਰੀਬਨ ਵੱਡੇ ਹੋ ਪਹਿਲ ਕਰੋ ਨੇ ਲਓ ਜਨਾਬ ਅਸੀਂ ਹੁਣ ਮੁੰਡਿਆਂ ਨੂੰ ਆਖਿਆ ਵਿਹਲਿਆਂ ਕਰੀਏ ਅਤੇ ਅਸੀਂ ਹੁਣ ਐਂਟਰੀ ਕਰਨ ਲੱਗੇ ਹਾਂ ਠੀਕ ਹੈ ਜੀ ਤਾਂ ਕਿ ਇਹ ਵੀ ਜਾਣ ਵਾਪਸ ਪਿੰਡ ਅਤੇ ਠੀਕ ਹੈ ਜੇਬ ਹਾਂ ਤਾਂ ਫਿਰ ਇਨਸ਼ਾਅੱਲਾ ਵਿਲਾਗ ਤੁਸੀਂ ਵੇਖ ਲੈਣਾ ਜੀ ਬੋਰਡਿੰਗ ਵਗੈਰਾ ਓਪਨ ਹੈ ਜੀ ਏਅਰਲਾਈਨਾਂ ਦੀ ਸਾਡੀ ਜਨਾਬ ਮੇਰੀ ਆ ਕਤਰ ਵੀ ਜਿਹੜੀ ਹੈ ਬੋਰਡਿੰਗ ਓਪਨ ਹੋ ਗਈ ਹਾਂਜੀ ਅਸੀਂ ਜਮ੍ਹਾਂ ਕਰਾ ਕੇ ਅਤੇ ਹੁਣ ਹੋ ਗਏ ਹਾਂ ਵਿਹਲੇ ਹੁਣ ਜਨਾਬ ਇਮੀਗ੍ਰੇਸ਼ਨ ਹੋਵੇ ਦੀ ਅਤੇ ਫਿਰ ਅਗਲੇ ਪਾਸੇ ਇਹ ਜਨਾਬ ਇਮੀਗ੍ਰੇਸ਼ਨ ਹਾਂਜੀ ਇਹ ਲਿਖੇ ਹੈ ਅਨਅਕਾਊਂਟਿੰਗ ਲੇਡੀਜ਼ ਅਤੇ ਚਿਲਡਰਨ ਸੀਨੀਅਰ ਸਿਟੀਜ਼ਨ ਇੱਧਰ ਅਸਾਂ ਲੱਗਣਾ ਰਸ਼ ਕਾਫੀ ਪਾਸਪੋਰਟ ਕੰਟਰੋਲ ਦਾ ਜੀ ਜੀ ਜਨਾਬ ਆਫਟਰ ਇਮੀਗ੍ਰੇਸ਼ਨ ਹੁਣ ਜਨਾਬ ਸਕਿਉਰਟੀ ਚੈੱਕ ਹੋਵੇਗਾ ਤਾਂ ਫਿਰ ਉਸ ਤੋਂ ਬਾਅਦ ਅੱਗੇ ਹਾਲ ਵਿੱਚ ਠੀਕ ਹੈ ਜੀ ਅਤੇ ਪ੍ਰੋਸੈਸ ਕੰਪਲੀਟ ਲਓ ਜੀ ਜਨਾਬ ਹੁਣ ਆਲ ਓਕੇ ਹੋ ਗਿਆ ਸਾਰਾ ਕਲੀਅਰ ਹੋ ਗਿਆ ਅਤੇ ਹੁਣ ਅਸੀਂ ਆ ਗਏ ਹਾਂ ਟ੍ਰਾਂਜ਼ਿਟ ਹਾਲ 'ਚ ਠੀਕ ਹੈ ਜੀ ਲੇਕਿਨ ਫਲਾਈਟ ਹੈ ਜੀ ਸਾਡੀ ਨੂੰ ਹੀ ਸਟਿਲ 2 ਘੰਟੇ ਬਾਕੀ ਨੇ ਅਤੇ ਹੁਣ ਇੱਥੇ ਜਨਾਬ ਵੇਟ ਸ਼ੇਟ ਕਰਨੇ ਆ ਫਿਰ ਇਨਸ਼ਾਅੱਲਾ ਜ਼ਿਆਦਾ ਅੱਗੇ ਲੱਗ ਗਏ ਆ ਤੁਹਾਨੂੰ ਵਿਖਾਉਂਦੇ ਹਾਂ ਜਨਾਬ ਜਾ ਕਤਰ ਏਅਰਵੇਜ਼ ਠੀਕ ਹੈ ਜੀ ਉਹ ਨਾਲ ਦੂਸਰੀ ਸਾਈਡ 'ਤੇ ਐਮਰਟਸ ਦਾ ਵੀ ਖਲੋਤੇ ਆ ਇਹ ਜਨਾਬ ਕਤਰ ਦਾ ਖਲੋਤੇ ਆ ਠੀਕ ਹੈ ਜੀ ਇਸ ਜਹਾਜ਼ 'ਤੇ ਇਨਸ਼ਾਅੱਲਾ ਅਸੀਂ ਟਰੈਵਲ ਕਰਾਂਗੇ ਟੂਵਰਡਸ ਦੋਹਾ
ਲਓ ਜੀ ਜਨਾਬ ਵੇਟਿੰਗ ਹਾਲ ਵਿੱਚ ਆ ਗਏ ਅਸੀਂ ਜਨਾਬ, ਬੈਠ ਗਏ ਆ ਕੇ। ਠੀਕ ਹੈ ਜੀ, ਹੁਣ ਇੱਥੇ ਹੀ ਕੋਈ ਘੰਟਾ ਡੇਢ ਵੇਟ ਕਰਨਾ ਪੈਣਾ। ਲਓ ਜੀ, ਜਹਾਜ਼ ਵਿੱਚ ਐਂਟਰ ਹੋਣ ਵਾਸਤੇ ਲੋਕ ਜਿਹੜੇ ਨੇ ਕਿਊ 'ਚ ਲੱਗ ਗਏ ਨੇ ਜੀ। ਲਓ ਜੀ, ਮੁਸਾਫਰ ਜਹਾਜ਼ ਦੇ ਵਿੱਚ ਜਾਣਾ ਸ਼ੁਰੂ ਹੋ ਗਏ ਨੇ, ਟਰਨ ਬਾਈ ਟਰਨ ਜਿਹੜਾ ਨਾ, ਅਸੀਂ ਵੀ ਵੇਟ ਕਰ ਰਹੇ ਹਾਂ। ਅੱਲਾ ਕਰੇ ਤੇ ਸਾਡੀ ਵੀ ਵਾਰੀ ਆਉਂਦੀ ਹੈ ਤੇ ਫਿਰ। ਆਵਾਜ਼ਾਂ ਲੱਗ ਰਹੀਆਂ ਨੇ ਮੱਛਲੀ ਮੰਡੀ ਯਾਰ, ਕਤਰ ਏਅਰਵੇਜ਼, ਕਤਰ ਏਅਰਵੇਜ਼ ਜਾ ਜੇ ਕਨੇਡੇ ਤੇ ਵਾਅਦਾ ਨਹੀਂ ਲੱਗਦੀਆਂ। ਲੈਣ ਫਿਰ ਵਾਹਵਾ ਲੰਮੀ ਹੋ ਗਈ ਹੈ ਜਾ। ਲਓ ਜੀ, ਪਲੇਨ ਇਜ਼ ਰੈਡੀ ਟੂ ਫਲਾਈ ਜੀ। ਸਫ਼ਰ ਬਹਿੰਦੇ ਨੇ ਫਿਰ ਵੀ ਜਨਾਬ, ਹੁਣ ਬਹਿਣ ਲੱਗੇ ਹਾਂ। ਠੀਕ ਹੈ ਜੀ, ਮੇਰੇ ਹਾਲੇ ਅਸੀਂ ਹੁਣ ਆਖਰੀ ਬੰਦੇ ਹੀ ਰਹਿ ਗਏ ਹਾਂ ਅਤੇ ਜਹਾਜ਼ ਤੇ ਉਹ ਖਲੋ ਗਏ ਨੇ, ਆਪਣੀ ਲੈਣ ਵਿੱਚ ਲੱਗ ਗਏ ਨੇ ਅਤੇ ਮੈਂ ਵੀ ਆ ਗਿਆ। ਜਨਾਬ ਪਿੱਛੇ ਜਹਾਜ਼ ਬੋਰਡਿੰਗ ਕਲੀਅਰ ਹੋ ਗਈ ਹੈ, ਹੁਣ ਜਾ ਰਹੇ ਹਾਂ ਜਨਾਬ ਜਹਾਜ਼ ਦੇ ਵਿੱਚ। ਅੰਮ੍ਰਿਤਸਰ ਏਅਰਲਾਈਨ, ਕਤਰ ਏਅਰਲਾਈਨ, ਅਲਾਮਾ ਇਕਬਾਲ ਇੰਟਰਨੈਸ਼ਨਲ। ਠੀਕ ਹੈ ਜੀ, ਉਹ ਜਨਾਬ ਬੀ ਐਚ ਐਲ ਵਾਲਿਆਂ ਦਾ ਵੀ ਖਲੋਤੇ ਅਜੇ ਪੀਲੇ ਰੰਗ ਦਾ ਜਹਾਜ਼ ਵੀ ਆਪਣਾ। ਬੜਾ ਹੀ ਵੱਡਾ ਜਹਾਜ਼ ਹੈ ਜੀ। ਲਓ ਜੀ, ਫਾਈਨਲੀ ਜਹਾਜ਼ ਵਿੱਚ ਆ ਗਏ ਹਾਂ ਜੀ। ਕਿਉਂ ਜੀ ਹੈਰ ਕਰੇ ਤੇ ਇਨਸ਼ਾਅੱਲਾ ਸਫ਼ਰ ਸ਼ੁਰੂ ਹੋਣ ਲੱਗਾ। ਅੱਲਾ ਹੈਰ ਕਰੇ। ਲਓ ਜੀ, ਪਲੇਨ ਇਜ਼ ਰੈਡੀ ਟੂ ਫਲਾਈ ਜੀ, ਰਨਵੇ ਤੇ ਜਹਾਜ਼ ਚੜ੍ਹ ਗਿਆ। ਅੱਲਾ ਹੈਰ ਕਰੇ ਜਾ ਇਨਸ਼ਾਅੱਲਾ। ਅਗਲਾ ਫਿਰ ਚੱਲ ਕੇ ਅਗਲਾ ਪਿੰਡਾ ਫੇਰ। ਜੀ ਨਾਸ਼ਤਾ ਆ ਗਿਆ ਜਾ, ਤੁਰੰਤ ਲਿਆ ਘਰ ਬਿਲਕੁਲ। ਲਓ ਜੀ ਜਨਾਬ, ਫਾਈਨਲੀ ਲੈਂਡਡ ਇਨ ਦੋਹਾ। ਠੀਕ ਹੈ ਜੀ, ਕਤਰ, ਥੈਂਕ ਯੂ, ਗੁੱਡ ਬਾਏ। ਲਓ ਜੀ ਜਨਾਬ, ਜਹਾਜ਼ 'ਚੋਂ ਬਾਹਰ ਆ ਗਏ ਹਾਂ। ਠੀਕ ਹੈ ਜੀ, ਹੁਣ ਮੌਸਮ ਚੈੱਕ ਕਰਨੇ ਆ ਜੀ, ਅੱਜ ਬੱਸ ਤੋਂ ਬਚ ਗਏ ਹਾਂ। ਕੀ ਹੈ ਜੀ ਦੋਹਾ ਦਾ ਧੋਪੀ ਹੈ ਜੀ ਬਾਹਰ, ਵੇਖ ਸਕਦੇ ਹੋ ਤੁਸੀਂ।
ਲਓ ਜੀ ਤਾਮੀਰ ਦਾ ਇੱਕ ਸ਼ਾਹਕਾਰ ਹੈ ਜੀ। ਲਓ ਜੀ ਅਗਰ ਮੌਕਾ ਲੱਭੇ ਨਾ ਤਾਂ ਕਤਰ ਏਅਰਪੋਰਟ ਜਿਹੜਾ ਦੋਹਾ ਵਾਲਾ ਲਾਜ਼ਮੀ ਵਿਜ਼ਿਟ ਕਰੋ ਜੀ, ਇੱਕ ਵੇਖਣ ਵਾਲੀ ਚੀਜ਼ ਬਣਾਏ ਹਨ। ਨਹੀਂ ਨਹੀਂ ਅਸੀਂ ਇੱਥੋਂ ਹੁਣ ਐਂਟਰ ਹੋ ਜਾਣਾ ਚੈਕਿੰਗ ਕਰਵਾ ਕੇ। ਇਹ ਜਨਾਬ ਪਿੱਛੇ ਡਿਊਟੀ ਫਰੀ ਸ਼ਾਪ, ਠੀਕ ਹੈ ਜੀ, ਤੁਸੀਂ ਤਕਰੀਬਨ ਹਰ ਚੀਜ਼ ਖਰੀਦ ਸਕਦੇ ਹੋ। ਇਹ ਜੀ ਵੱਡਾ ਭਾਲੂ ਬੈਠੇ ਆ ਜਿਹੜਾ ਵਹਾਂਦੇ ਨੇ ਅਕਸਰ। ਲਓ ਹਾਂਜੀ ਆਹ ਬਾਲੂ ਹੈ ਸਾਡੇ ਪਿੱਛੇ ਜੀ ਦੀ ਪ੍ਰਮੋਸ਼ਨ ਕਤਰ ਏਅਰਵੇਜ਼ ਵੀ ਕਰਦੀ ਹੈ, ਠੀਕ ਹੈ ਜੀ। ਕਿਉਂ ਜੀ ਇਹ ਬੜਾ ਵਹਾਇਆ ਉਹਨਾਂ ਜਹਾਜ਼ ਵਿੱਚ ਵੀ, ਆਪਣੇ ਏਅਰਪੋਰਟ ਨੂੰ ਆਪਣੇ ਮੁਲਕ ਨੂੰ ਪ੍ਰਮੋਟ ਕਰ ਰਹੇ ਨੇ ਜੀ, ਟੂਰਿਜ਼ਮ ਵਾਸਤੇ, ਟਰੈਵਲਿੰਗ ਵਾਸਤੇ, ਠੀਕ ਹੈ ਜੀ। ਸਾਰੇ ਤਗੜੇ ਮਾਰ ਕੇ ਬੈਠੇ ਨੇ ਜੀ ਇੱਥੇ। ਐਪਲ ਆ ਗਿਆ, ਠੀਕ ਹੈ ਜੀ, ਪਿੱਛੇ ਤੁਸੀਂ ਵੇਖ ਸਕਦੇ ਹੋ ਜਿਹੜਾ ਗੋਲ ਜਿਹਾ ਲਾਟੂ ਜਿਹਾ ਵੇ, ਉੱਥੇ ਜਨਾਬ ਲੂਇਸ ਵਿਟੋ ਨਾਲ ਬੈਠੇ ਨੇ। ਗੋਲਡ ਸ਼ਾਪ ਸਾਈਡ ਉੱਤੇ ਵਾਚਿਸ, ਠੀਕ ਹੈ ਜੀ। ਸਾਹਮਣੇ ਜਰਾ ਤੁਹਾਨੂੰ ਵਿਖਾਉਂਦੇ ਹਾਂ ਹੁਣ ਕਤਰ ਡਿਊਟੀ ਫਰੀ ਸ਼ਾਪ 'ਤੇ ਫਰਾਰੀ, BMW, ਕਿਆ ਬਾਤ ਹੈ ਜੀ। ਉਸ ਤੋਂ ਬਾਅਦ ਬਾਈਕ ਵੇਖੋ, ਹਾਂਜੀ BMW, ਜ਼ਰਾ ਕਲਾਸ ਦਾ ਪਤਾ ਲੱਗੇ ਤੁਹਾਨੂੰ। ਇਹ ਜੇ ਜਨਾਬ ਪੋਰਸ਼ੇ, ਠੀਕ ਹੈ ਜੀ, ਫਰਾਰੀ ਨਹੀਂ ਜੇ, ਮਾਡਲ ਹੀ ਹੈ 2023 ਜੀ, ਹਾਰਸ ਪਾਵਰ 400 PS, ਸਾਰੀ ਡਿਟੇਲ ਗੱਡੀ ਦੀ ਹੈ ਚੀਜ਼। ਇਹ ਜਨਾਬ ਦੁਬਈ ਡਿਊਟੀ ਫਰੀ ਸ਼ਾਪ ਵਿੱਚ ਪੋਰਸ਼ੇ ਅਤੇ BMW ਖਰੀਦਣਾ ਚਾਹੁੰਦੇ ਹੋ ਤਾਂ ਆ ਕੇ ਖਰੀਦ ਸਕਦੇ ਹੋ, ਠੀਕ ਹੈ ਜੀ। ਹੋ ਜੀ ਏਅਰਪੋਰਟ ਮੈਟਰੋ ਜੇ ਜੀ, ਉਹ ਜਾ ਰਹੀ ਜੇ। ਜਨਾਬ ਇਹ ਮੈਟਰੋ ਆ ਗਈ ਹੈ, ਏਅਰਪੋਰਟ ਮੈਟਰੋ, ਹੁਣ ਇਹਦੇ ਉੱਤੇ ਟਰੈਵਲ ਕਰਾਂਗੇ ਅਤੇ ਆਪਣੇ ਗੇਟ ਤੱਕ ਪਹੁੰਚਾਂਗੇ ਅਸੀਂ। ਇਨਫੋਰਮੇਸ਼ਨ ਸਾਰੀ ਕਲੈਕਟ ਹੋ ਗਈ ਹੈ ਜੀ, ਅਤੇ ਸਾਡਾ ਜਹਾਜ਼ ਜਿਹੜਾ ਕਿਹੜੇ ਗੇਟ ਨੰਬਰ ਵਗੈਰਾ 'ਤੇ ਲੱਗੇਗਾ। ਆ ਜਾਓ ਜੀ ਚਲੀਏ। ਗੇਟਸ ਵਗੈਰਾ ਹੋ ਗਏ ਨੇ ਬੰਦ ਅਤੇ ਹੁਣ ਤੁਰ ਪੈਣ ਲਈ ਅਤੇ ਤੁਹਾਨੂੰ ਆਉਂਦੇ ਹਾਂ ਆ ਗਈ ਜੀ। ਆਟੋ ਟਰੈਵਲ ਹੈ ਜੀ, ਕਾਫੀ ਚੱਲਦੀ ਹੈ। ਦੇਖੋ
hold on to the handrail at all times for your own safety. ਸਾਈਡ ਨੂੰ ਜਾ ਰਹੀ ਹੈ ਜੀ, ਅੱਗੇ ਦਾ ਜਿਹੜਾ ਰਸਤਾ ਬਣਿਆ ਟਰੈਕ ਬਣਿਆ ਇਹਦਾ, ਠੀਕ ਹੈ ਜੀ। Thank you. The doors are open. Sea gates. ਵੇਖੋ ਜੀ ਸਾਹਮਣੇ, ਇਹ ਵੀ ਜਨਾਬ ਗੱਡੀਆਂ ਖਲੋਤੀਆਂ ਜੇ। ਵੈਸੇ ਤਾਮੀਰ ਦਾ ਇੱਕ ਸ਼ਾਹਕਾਰ ਬਣਾਇਆ ਨੇ ਜੀ, ਅਗਰ ਮੌਕਾ ਲੱਭੇ ਤਾਂ ਲਾਜ਼ਮੀ ਵਿਜ਼ਿਟ ਕਰੋ, ਵੇਖਣ ਵਾਲੀ ਚੀਜ਼ ਹੈ ਦੋਹਾ ਏਅਰਪੋਰਟ। ਇਹ ਵੀ ਟ੍ਰੀ ਵੇਖੋ, ਲਾਈਟ ਟ੍ਰੀ ਆ, ਉੱਤੇ ਕੀ ਚੀਜ਼ ਬਣਾ ਖੜੀ ਹੁਣ ਉਹਦੇ ਥੱਲੇ ਕਰੋ, ਖੁਦ ਹੀ ਸਾਬਣ ਤੇ ਖੁਦ ਹੀ ਪਾਣੀ। ਹੈਂ, ਇਹਨੂੰ ਆਉਂਦੇ ਨੇ ਇੰਟਰਨੈਸ਼ਨਲ ਸਟੈਂਡਰਡ। ਹਾਂ ਸਹੀ ਗੱਲ ਹੈ, ਕੀ ਬਾਤ ਹੈ ਜੀ। ਹੈ ਤਾਂ ਅੱਗੇ ਵੀ ਮੰਨੇ ਸਾਨੂੰ, ਪਰ ਅੱਜ ਰਿਕਾਰਡ ਰੋਡ 'ਤੇ ਆ। ਮਜ਼ਾ ਆਇਆ ਜੀ। ਜਿਹੜੇ ਵਡੇਰੇ ਬੰਦੇ ਨੇ ਉਹਨਾਂ ਵਾਸਤੇ ਇਲੈਕਟ੍ਰਿਕ ਗੱਡੀਆਂ ਦੀ ਸਹੂਲਤ ਵੀ ਮੌਜੂਦ ਹੈ, ਉਹਨਾਂ ਨੂੰ ਸ਼ਿਫਟ ਕਰਨ ਵਾਸਤੇ ਉਹਨਾਂ ਦੇ ਗੇਟਸ ਉੱਤੇ। ਲਓ ਜੀ, ਕਿੰਨੀਆਂ ਹੀ ਡਿਊਟੀ ਫਰੀ ਸ਼ਾਪਸ ਬਣੀਆਂ ਨੇ ਏਅਰਪੋਰਟ 'ਤੇ। ਹੁਣ ਨੈਕਸਟ ਅਸੀਂ ਇਹਦੇ ਪੋਰਸ਼ਨ 'ਤੇ ਆਏ ਹਾਂ, ਤਾਂ ਇੱਥੇ ਵੀ ਡਿਊਟੀ ਫਰੀ ਸ਼ਾਪ ਬਣੀ ਹੈ। ਅਲ ਮੁਰਜਾਨ ਲੌਂਜ ਗਾਰਡਨ ਜੀ, ਵੇਖਿਆ ਜੀ ਸਾਹਮਣੇ। ਲਓ ਜੀ ਜਨਾਬ, ਇਹ ਆ ਗਿਆ ਗਾਰਡਨ ਵਾਲਾ ਏਰੀਆ, ਮੇਰਾ ਤੁਹਾਨੂੰ ਵਿਜ਼ਿਟ ਕਰਾਈਏ। ਕੀ ਬਾਤ ਹੈ, ਏਅਰਪੋਰਟ ਦੇ ਵਿੱਚ ਹੀ ਗਾਰਡਨ ਬਣਾ ਛੜੇ ਆ ਜੀ, ਜੰਗਲ ਬਣਾ ਛੜੇ ਆ ਜਵਾਨਾਂ ਨੇ। ਇਹ ਮਸ਼ੀਨ ਆਈ ਹੈ ਕੋਈ ਕੰਮ ਕਰਨ ਵਾਸਤੇ। ਲਓ ਜੀ, ਇਹ ਵੇਖੋ ਨਜ਼ਾਰਾ ਫੁਹਾਰੇ ਦਾ, ਥੱਲੇ ਗਾਰਡਨ ਦਾ, ਆਫਰੀ ਨੇ ਜੀ। ਵੇਖੋ ਹੁਣ ਜ਼ਰਾ, ਉੱਤੇ ਵੇਖੋ, ਉੱਤੋਂ ਉਹਨੂੰ ਨੈਚੁਰਲੀ ਧੁੱਪ ਵੀ ਲੱਭ ਰਹੀ ਹੈ ਅਤੇ ਕਵਰ ਵੀ ਕੀਤੇ ਆ। ਵੇਖੋ ਕਮਾਲ ਹੋ ਗਈ ਹੈ ਜੀ, ਕਮਾਲ ਹੋ ਗਈ ਹੈ।